स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं न्यू कैंट रोड 8 नंबर गली ते शहर फरीदकोट दे विचों खास वीडियो है दोस्तों जिहड़े नीली रावी नसल नूं पसंद करदे आ। हुण तक जिहड़ियां वीडियो बनाई दियां उहदे च नीली रावी जदों भी दिखाई दी है तो गब्बण हुंदी है ज़्यादातर ते दुध दस्सिया जांदा वी इह चंगा दिंदी है, पर अज जिहड़ी वीडियो है उहदे च इक तैयार दुध वाली नीली रावी झोटी तुहानूं दिखाउण लगे आ। इहदे नाल ही एक जर्सी गां इह वी ताजी सूई भी है। डिटेल आपां दस्सो वीर तों पुछांगे इन्हां दोवां पशुआं बारे, नाल तुहानूं इह तोर के दिखा देंगे जिहनूं जिहड़ी मझ जां इह गां पसंद आऊगी उह वीर आके आपदी तसल्ली नाल खरीद लूगा। नंबर बाई जीरां दा जिहड़ा उह स्क्रीन उत्ते चलूगा। सो आओ वीर तों पहलां आपां इस नीली रावी मझ बारे पुछदे हां ते नाल जिहड़ी गां फिर उहदे बारे वी डिटेल पुछांगे तोर के वी तुहानूं दिखावांगे। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਨਾਮ ਦੱਸੋ ਜੀ ਆਪਣਾ ਕੀ? ਹਰਦੇਵ ਸਿੰਘ ਹੈ ਵੀਰ ਜੀ। ਠੀਕ ਹੈ ਬਾਈ, ਆਪਾਂ ਮਤਲਬ ਦੁੱਧ ਵਾਸਤੇ ਪਸ਼ੂ ਰੱਖਦੇ ਆ ਜਾਂ ਵਪਾਰ ਦਾ ਕੰਮ ਵੀ ਕਰਦੇ? ਨਹੀਂ ਬਾਈ ਜੀ, ਆਪਣੇ ਘਰ ਦੇ ਦੁੱਧ ਵਾਸਤੇ ਪਸ਼ੂ ਰੱਖੇ ਹੋਏ ਆ ਤੇ ਆਪਣੇ ਬੱਚੇ ਦਾ ਵੀ ਜਾ ਗਿਆ। ਅੱਛਾ, ਇਸ ਕਰਕੇ ਆਪਣੇ ਕੋਲੇ 3 ਪਸ਼ੂ ਸੀ, ਇੱਕ ਰੱਖਣਾ ਆਪਾਂ ਦੁੱਧ ਵਾਸਤੇ, ਇੱਕ ਰੱਖ ਲੈਣਾ ਤੇ 2 ਸੇਲ ਕਰਦੇ, 2 ਆਪਾਂ ਸੇਲ ਕਰ ਲਵਾਂਗੇ। ਠੀਕ ਹੈ। ਅੱਛਾ, ਜਿਹੜੀ ਇਹ ਝੋਟੀ ਆ ਨੀਲੀ ਰਾਵੀ ਚ ਪੈਂਦੀ, ਹਾਂਜੀ, ਕਿੰਨਵਾਂ ਸੂਆ ਸੂਈ? ਇਹ ਦੂਜਾ ਸੂਆ ਸੂਈ ਵੀ ਹੈ ਬਾਈ ਜੀ। ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ? ਇਹਨੂੰ 19 ਦਿਨ ਹੋ ਗਏ ਵੀਰ ਜੀ। 19 20 ਦਿਨ? ਬੱਚਾ ਕੀ ਹੈ ਇਹਦੇ ਨਾਲ? ਇਹਦੇ ਮਗਰ ਕੱਟਾ ਜੀ। ਠੀਕ ਹੈ। ਅੱਛਾ, 19 ਦਿਨਾਂ ਦੀ ਸੂਈ ਥੱਲੇ ਕੰਡੇ ਤੋਲਣ ਵਾਲਾ ਦੁੱਧ? ਇਹਦੇ ਥੱਲੇ ਬਾਈ ਜੀ 15 ਕਿਲੋ ਦੁੱਧ ਰੜੀ ਹੈ, ਜਿਵੇਂ ਚੋ ਸਕਦਾ ਕੋਈ ਵੀ ਬੰਦਾ, ਕੰਡੇ ਮਾਰਵਾਂ, ਕੰਡਾ ਵੀ ਆਪਣੇ ਕੋਲੇ ਘਰੇ ਹੈਗਾ। ਠੀਕ ਹੈ। ਤੇ ਇਹਨੂੰ ਚੋਣੇ ਕਿਸ ਤਰ੍ਹਾਂ ਅਸੀਂ ਮਗਰਲੇ 2 ਥਣ ਚੋਣੇ ਆ। ਠੀਕ ਹੈ। ਅਗਲੇ 2 ਥਣ ਕੱਟੇ ਨੂੰ ਛੱਡਦੇ ਆ। ਠੀਕ ਹੈ। 5 ਕਿਲੋ ਮਗਰਲੇ 2 ਥਣਾਂ 'ਚ ਅਸੀਂ ਚੋਣੇ ਆ ਮਗਰਲੇ ਥਣਾਂ। ਹਾਂ ਠੀਕ ਹੈ। ਅੱਛਾ, ਇਹਦਾ ਰੇਟ ਕੀ ਸੋਚਿਆ ਜੀ? ਇਹਦਾ ਰੇਟ ਬਾਈ ਜੀ 1,20,000 ਰੁਪਏ। 1,20,000। ਦੋਸਤੋ ਜੇ ਕੋਈ ਵੀਰ ਨੀਲੀ ਰਾਵੀ 15 ਕਿਲੋ ਵਾਲੀ ਖਰੀਦਣੀ ਚਾਹੁੰਦੇ ਆ ਤਾਂ ਮੌਕਾ ਤੁਹਾਡੇ ਕੋਲ। ਤਿਆਰ ਦੁੱਧ ਦੱਸਿਆ ਬਾਈ ਜੀ ਹੋਰਾਂ ਨੇ, 19 ਤੋਂ 20 ਦਿਨਾਂ ਦੀ ਸੂਈ, ਬਹੁਤ ਸੋਹਣੀ ਝੋਟੀ ਹੈ। ਤੋਰ ਕੇ ਦਿਖਾਉਂਗਾ, ਪਹਿਲਾਂ ਤੁਸੀਂ ਵੈਸੇ ਦੇਖ ਲਓ। ਬਿਊਟੀ ਵਾਲੀ ਵੀ ਹੈ ਦੋਸਤੋ, ਤੁਸੀਂ ਪੈਰ ਅਗਲੇ ਦੇਖੋਗੇ, ਬਿਲਕੁਲ ਜਾਇਜ਼ ਮਾਰਕਿੰਗ, ਪਿਛਲੇ ਪੈਰ ਵੀ ਉਹਨੇ ਕੁ ਵਾਈਟ ਹੈ, ਅੱਖ ਬਹੁਤ ਸੋਹਣੀ ਹੈ, ਬੱਲਾ ਮੱਥਾ, ਕੁੰਡਾ ਸਿੰਘ ਹੈ, ਬੱਚਾ ਐਦਕੀ ਜਿਹੜਾ ਇਹਦੇ ਨਾਲ ਮੇਲ ਕਾਫ ਹੈ, ਮੁਰਾ ਦਾ ਟੀਕਾ ਭਰਾਇਆ ਹੋਊਗਾ ਬਾਈ ਜੀ ਹੋਰਾਂ ਨੇ। ਤੋਰ ਕੇ ਤੁਹਾਨੂੰ ਇਹ ਮੱਝ ਦਿਖਾ ਦਿੰਦੇ ਹਾਂ, ਮਾੜਾ ਖੋਲ ਕੇ ਤੋਰ ਦਿਓ ਜੀ ਨੂੰ ਦਿਖਾ ਗਿਆ। ਸੋ ਇਹ ਦੋਸਤੋ ਦੂਜਾ ਸੂਆ ਝੋਟੀ ਹੈ ਨੀਲੀ ਰਾਵੀ ਚ 15 ਕਿਲੋ ਦੁੱਧ ਇਸ ਟਾਈਮ ਤਿਆਰ ਵਾਲੀ। ਬਹੁਤ ਘੱਟ ਆਉਂਦੀਆਂ ਨੀਲੀ ਰਾਵੀ ਦੀਆਂ, ਤੁਸੀਂ ਕਾਫੀ ਫੋਨ ਦਿਨ ਦੇ ਵਿੱਚ ਆਉਂਦੇ ਆ ਜਿਹੜੇ ਵੀਰ ਪੁੱਛਦੇ ਆ ਪਸ਼ੂ ਵਿਕਰੀ ਵਾਲਾ। ਸੋ ਤੁਸੀਂ ਖਰੀਦ ਸਕਦੇ ਹੋ ਜਿਹੜਾ ਵੀਰ ਪਸੰਦ ਕਰੇ। ਹਵਾਨਾ ਬਹੁਤ ਸੋਹਣਾ, ਸਾਫ ਸੁਥਰਾ ਹਵਾਨਾ ਦਿਖਾਉਂਦੀ ਹੈ ਝੋਟੀ। ਦੁੱਧ ਬਾਕੀ ਕੰਡੇ ਤੋਲਣ ਵਾਲਾ ਤੁਹਾਨੂੰ ਤਿਆਰ ਦੱਸਿਆ। ਸੋ ਦੋਸਤੋ ਸੋਹਣੀ ਝੋਟੀ ਹੈ, ਡਰਦਾ ਪਸ਼ੂ ਉਪਰੇ ਬੰਦੇ ਤੋਂ ਜ਼ਰੂਰ ਹੈਗਾ, ਬਾਕੀ ਤੁਸੀਂ ਜਿਹੜਾ ਵੀਰ ਖਰੀਦਣਾ ਚਾਹੇ ਆ ਕੇ ਉਹਨੇ ਆਪਦੀ ਤਸੱਲੀ ਕਰ ਲੈਣੀ ਹੈ। ਹਵਾਨਾ ਜੋਸ਼ ਵਾਲਾ, ਪਿੱਛੇ ਨੂੰ ਵੀ ਸੋਹਣਾ ਦਿਖਾਉਂਦੀ ਹੈ, ਬਾਕੀ ਆ ਕੇ ਤੁਸੀਂ ਤਸੱਲੀ ਕਰ ਲਿਓ। ਇੱਕ ਗਾਂ ਦੋਸਤੋ ਵਿਕਾਊ ਜਰਸੀ, ਇਹਦੇ ਬਾਰੇ ਵੀ ਆਪਾਂ ਬਾਈ ਜੀ ਹੋਰਾਂ ਤੋਂ ਜਾਣਕਾਰੀ ਲੈ ਲੈਂਦੇ ਹਾਂ ਵੀ ਤੋਰ ਕੇ ਦਿਖਾਵਾਂਗੇ। ਹਰਦੇਵ ਭਾਈ, ਜਿਹੜੀ ਇਹ ਗਾਂ ਵੇਚਣੀ ਹੈ ਇਹ ਕਿੰਨਵਾਂ ਸੂਆ? ਦੂਜਾ ਸੂਆ ਬਾਈ ਜੀ। ਦੂਜਾ ਸੂਆ, ਇਹਨੂੰ ਅੱਜ ਕਿੰਨੇ ਦਿਨ ਹੋਏ ਸੂਈ? ਇਹਨੂੰ ਹੋ ਗਏ ਜੀ 10 ਦਿਨ। ਠੀਕ ਹੈ। ਇਹਦੇ ਥੱਲੇ ਦੁੱਧ ਹੁਣ ਕਿੰਨਾ ਤਿਆਰ? ਇਹਦੇ ਥੱਲੇ ਬਾਈ ਜੀ ਦੁੱਧ ਹੈਗਾ 13 ਜਾਂ 14 ਲੀਟਰ, ਬਸ ਇਹ ਟਾਈਮ 6:30 ਹੁੰਦਾ। ਠੀਕ ਹੈ। ਇਹ ਦਿਨ 7 ਹੁੰਦਾ ਇੱਕ ਟਾਈਮ ਦਾ। ਠੀਕ ਹੈ। ਜਿਹੜਾ 14 ਕਿਲੋ ਰੜੀ, 13 ਕਿਲੋ ਤੋਂ ਬਾਹਰ ਹੈ ਤੇ 14 ਦੇ ਆਸ-ਪਾਸ। ਹਾਂ ਹਾਂ। ਕਿੰਨਾ ਕੁ ਦੁੱਧ ਪਿਆ ਜੂਗੀ ਬਾਈ ਇਹ ਤੁਹਾਡੇ ਹਿਸਾਬ ਨਾਲ? ਦੁੱਧ ਬਾਈ ਕਾਣ ਸਿੱਟੇ ਤੋਂ 2 ਲੀਟਰ ਹੋਰ ਪਿਆ ਦੂਗੀ, 16 ਲੀਟਰ ਦਾ ਕਰ ਜੂਗੀ। 16 ਲੀਟਰ ਦੁੱਧ ਦੇ ਸਕਦੀ ਹੈ। ਅੱਛਾ, ਬੱਚਾ ਇਹਦੇ ਨਾਲ ਕੀ ਹੈ? ਬੱਚਾ ਮਗਰ। ਠੀਕ ਹੈ। ਇਹਦਾ ਰੇਟ ਕੀ ਰੱਖਿਆ ਬਾਈ? ਇਹਦਾ ਰੇਟ 52,000 ਰੁਪਏ। 52,000। ਖੋਲੀ ਵੀਰੇ ਨੂੰ ਵੀ ਤੋਰ ਕੇ ਦਿਖਾ ਦਿਓ ਦੋਸਤੋ। ਡਿਮਾਂਡ 52,000 ਦੀ ਹੈ, ਹਵਾਨਾ ਵੱਡਾ ਦਿਖਾਉਂਦੀ ਹੈ, ਲਿੱਸੀ ਥੋੜੀ ਜੀ ਜ਼ਰੂਰ ਹੈਗੀ ਆ, ਥਣ ਸੋਹਣੇ ਆ, ਬੱਚਾ ਵੱਛਾ ਤੇ 12 ਦਿਨਾਂ ਦੀ ਸੂਈ ਥੱਲੇ ਦੁੱਧ ਇਹਦੇ ਥੱਲੇ 14 ਕਿਲੋ ਵਾਂਗੂ ਤਿਆਰ ਆ। ਇਹ ਬੱਚਾ ਦੋਸਤੋ ਵੱਛਾ ਦਿੱਤਾ ਇਹਨੇ ਭਾਈ ਦੇ ਪਸ਼ੂ ਜਗ੍ਹਾ, ਕਿਉਂਕਿ ਤੰਗ 'ਚ ਬੱਝੇ ਆ ਤੇ ਉਹਦੇ ਕਰਕੇ ਖੁੱਲ੍ਹ ਕੇ ਭੱਜਣਾ ਚਾਹੁੰਦੇ ਆ। ਸੋ ਵੇਲ ਚੰਗੀ ਹੈ, ਥੋੜ੍ਹੀ ਜਿਹੀ ਲਿੱਸੀ ਜ਼ਰੂਰ ਆ, ਸੂਆ ਦੂਜਾ ਦੋਸਤੋ ਇਹਦਾ, ਬਹੁਤ ਸੋਹਣਾ ਹਵਾਨਾ ਇਹਦਾ, ਤੁਸੀਂ ਤੁਰਦੀ ਤੋਂ ਹਵਾਨਾ ਦੇਖੋਗੇ। ਡਿਮਾਂਡ 52,000 ਦੀ, ਉਮੀਦ ਆ ਬਾਈ ਨੂੰ ਵੀ 16 ਕਿਲੋ ਦੁੱਧ ਕਰ ਜੂਗੀ, 14 ਕਿਲੋ ਇਸ ਟਾਈਮ ਤਿਆਰ ਆ। ਸੋ ਬਾ ਬੰਨਦੇ ਵੀਰੇ। ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ 2 ਨਾਗ ਸੀਗੇ ਬਾਈ ਕੋਲ, ਜਰਸੀ ਦਾ ਹਵਾਨਾ ਤੁਹਾਨੂੰ ਫੇਰ ਦਿਖਾ ਦਿੰਦਾ, ਥਣ ਸੋਹਣੇ ਆ, ਥਣਾਂ 'ਚ ਬਿੱਥੀ ਵੀ ਚੰਗੀ ਹੈ, ਬਾਕੀ ਜੋ ਸਟਰਕਚਰ ਹੈ ਉਹ ਤੁਸੀਂ ਵੀਡੀਓ 'ਚੋਂ ਕਲੀਅਰ ਦੇਖ ਰਹੇ ਹੋ, ਅਤੇ ਇਸ ਤੋਂ ਬਿਨਾਂ ਇੱਕ ਝੋਟੀ ਬਹੁਤ ਸੋਹਣੀ ਵਿਕਾਊਗਾ। ਸੋ ਨੰਬਰ ਦੋਸਤੋ ਬਾਈ ਦਾ ਸਕਰੀਨ ਉੱਤੇ ਚੱਲੂਗਾ, ਕਾਲ ਇਸ ਨੰਬਰ 'ਤੇ ਕਰਨੀ ਹੈ, ਆ ਕੇ ਆਪਦੀ ਤਸੱਲੀ ਤੁਸੀਂ ਕਰ ਸਕਦੇ ਹੋ। ਧੰਨਵਾਦ ਵੀਡੀਓ ਦੇਖਣ ਵਾਸਤੇ।